ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਹਾਂ ਅਪਡੇਟ ਇਹ ਹੈ ਕਿ ਭਾਈ ਪੰਜਾਬ 에ਅਰ ਫੋਰਸ ਸਟੇਸ਼ਨ ਭਰਤੀ ਨਿਕਲੀ ਹੈ ਠੀਕ ਹੈ ਜੀ ਤੇ ਯੋਗਤਾ ਵਾਲੇ ਕੈਂਡੀਡੇਟ ਫਾਰਮ ਅਪਲਾਈ ਕਰ ਸਕਦੇ ਹੁਣ ਤੋਂ ਦੱਸਦਾ ਕਿ ਪੰਜਾਬ 에ਅਰ ਫੋਰਸ ਸਟੇਸ਼ਨ ਭਰਤੀ ਨਿਕਲੀ ਕਿੱਥੇ ਹੈ ਹੁਣ ਇਹਦੇ ਚ ਇਹ ਨਹੀਂ ਹੈਗਾ ਕਿ 에ਅਰ ਫੋਰਸ ਸਟੇਸ਼ਨ ਚ ਭਰਤੀ ਨਿਕਲੀ ਤਾਂ ਇਹ ਪੰਜਾਬ ਤੋਂ ਬਾਹਰ ਆ ਜਾਂ ਫੌਜ ਦੀ ਭਰਤੀ ਹੈ ਨਹੀਂ ਜੀ ਇਸ ਨੂੰ ਤੁਹਾਨੂੰ ਸਾਰੀ ਕਾਰੀ ਭਰਤੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਆਪਣਾ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਦੇਖੋ ਬੱਚਿਓ ਇਹ ਭਰਤੀ ਨਿਕਲੀ ਹੈ ਭਾਈ ਠੀਕ ਹੈ ਕੇਂਦਰੀਆ ਵਿਦਿਆਲਿਆ ਏਅਰਫੋਰਸ ਸਟੇਸ਼ਨ ਬਰਨਾਲਾ ਠੀਕ ਹੈ ਜੀ ਕੋਈ ਵੀ ਰਿਟਨ ਪੇਪਰ ਨਹੀਂ ਹੈਗਾ ਸਿਰਫ ਤੇ ਸਿਰਫ ਇੰਟਰਵਿਊ ਤੇ ਰੱਖਣਾ ਇਹਨਾਂ ਨੇ ਤੇ ਕੀ ਮੰਗੇ ਇਹਨਾਂ ਨੇ ਟੀਚਰ ਚਾਹੀਦੇ ਪੀਜੀਟੀ ਟੀਚਰ ਹਿੰਦੀ ਮੈਥ ਇੰਗਲਿਸ਼ ਪ੍ਰੋਜੈਕਟਸ ਕੈਮਿਸਟਰੀ ਬਾਇਓਲੋਜੀ ਤੇ ਟੀਜੀਟੀ ਹਿੰਦੀ ਇੰਗਲਿਸ਼ ਸਾਇੰਸ ਮੈਥ ਸੰਸਕ੍ਰਿਤ ਠੀਕ ਹੈ ਜੀ ਤੇ ਇਸ ਤੋਂ ਬਾਅਦ ਥੱਲੇ ਇਹਨਾਂ ਨੇ PGT ਦੀਆਂ ਉਹ ਦਿੱਤੀਆਂ ਹੋਣਗੀਆਂ ਇਕਨੋਮਿਕ ਜੀਓਗ੍ਰਾਫੀ ਹਿਸਟਰੀ ਇਰਟ ਚ ਰੱਖਣੇ ਆ ਠੀਕ ਹੈ ਜੀ ਇਸ ਤੋਂ ਬਾਅਦ TGT ਪੰਜਾਬੀ ਦੇ ਟੀਚਰ ਰੱਖਣੇ ਇਸ ਤੋਂ ਬਾਅਦ ਥੱਲੇ ਆ ਗਿਆ ਜਿਹੜਾ ਮੇਨ ਹੋਰਜ ਕਾਉਂਸਲਰ ਰੱਖਣੇ ਇਹਨਾਂ ਨੇ ਨਰਸਸ ਰੱਖਣੀਆਂ ਹੈ ਯੋਗਾ ਟੀਚਰ ਰੱਖਣੇ ਸਪੋਰਟਸ ਕੋਚ ਤੇ ਕਾਉਂਸਲਰ ਦੇ ਵਿੱਚ ਹਰ ਇੱਕ ਬੰਦਾ ਜਾ ਸਕਦਾ ਕੋਈ ਚੱਕਰ ਆੜੀ ਕਰ ਲੈਣੀ ਹੈਗੀ ਠੀਕ ਹੈ ਜੀ ਤੇ ਇਹ ਪੋਸਟ ਕਿੱਥੇ ਨਿਕਲੀ ਹੈ ਇਹ ਪੋਸਟ ਨਿਕਲੀ ਹੈ ਆਪਣੇ ਬਰਨਾਲਾ ਦੇ ਵਿੱਚ ਠੀਕ ਹੈ ਨਿਕਲੀ ਦਾ ਪੋਸਟ ਬਰਨਾਲਾ ਦੇ ਵਿੱਚ ਹੈ ਪਰ ਇਹਦੇ ਵਿੱਚ ਕੈਂਡੀਡੇਟ ਆਲ ਪੰਜਾਬ ਤੋਂ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਆਲ ਪੰਜਾਬ ਤੋਂ ਕੈਂਡੀਡੇਟ ਇਹ ਚ ਅਪਲਾਈ ਕਰ ਸਕਦੇ ਆ ਪਰ ਪੋਸਟ ਇਹ ਬਰਨਾਲਾ ਦੇ ਵਿੱਚ ਹੈ ਇਹ ਜਿਹੜੇ ਕੇਂਦਰੀਆ ਵਿਦਿਆਲਿਆ 에어ਫੋਰਸ ਸਟੇਸ਼ਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆ ਬਠਿੰਡਾ ਜ਼ਿਲ੍ਹਾ ਦੇ ਵਿੱਚ ਵੀ ਹੈਗੇ ਆ ਇਹ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਹੋਰ ਵੀ ਲੱਗਦਾ ਬਹੁਤ ਜ਼ਿਲ੍ਹਿਆਂ ਦੇ ਵਿੱਚ ਹੋਣਗੇ ਇਹ ਠੀਕ ਹੈ ਜੀ ਤੇ ਇਹਦੇ ਵਿੱਚ ਇਹਦੀ ਯੋਗਤਾਸੋ ਦਿਖਾ ਦਿੰਦਾ ਕੀ ਹੈਗੀ ਦੇਖੋ ਜੀ ਆਪ ਵੈਬਸਾਈਟ ਤੇ ਇਹਦੇ ਬਾਰੇ ਜਾਣਕਾਰੀ ਪਈ ਹੈ ਵਾਕੈਂਸੀਆਂ ਕਿੰਨੀਆਂ ਇਹ ਚੀਜ਼ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਠੀਕ ਹੈ ਜੀ 17 ਫਰਵਰੀ ਤੱਕ ਤੁਸੀਂ ਆਪ ਦਾ ਐਪਲੀਕੇਸ਼ਨ ਹੈ ਜਿਹੜੀ ਇਹਨਾਂ ਪੋਸਟਾਂ ਵਾਸਤੇ ਠੀਕ ਹੈ ਜੀ ਐਪਲੀਕੇਸ਼ਨ ਭੇਜ ਸਕਦੇ ਹੋ 17 ਫਰਵਰੀ ਤੋਂ ਪਹਿਲਾਂ ਪਹਿਲਾਂ ਓਕੇ ਜੀ ਇਸ ਤੋਂ ਬਾਅਦ ਹੋਰ ਦੇਖਦੇ ਅੱਗੇ ਕੀ ਕੁਆਲਿਫਿਕੇਸ਼ਨ ਹੈ ਜਿਹੜੇ ਪੀਜੀਟੀ ਟੀਚਰ ਹੈ ਠੀਕ ਹੈ ਆਹ ਸਬਜੈਕਟਾਂ ਦੇ ਆ ਪੀਜੀਟੀ ਇਸ ਤੋਂ ਬਾਅਦ ਟੀਜੀ ਤੋਂ ਦਿਖਾਤਾ ਸੀ ਇਸ ਤੋਂ ਬਾਅਦ ਕੁਆਲਿਫਿਕੇਸ਼ਨ ਦੇਖ ਲਓ ਇਹਨਾਂ ਨੇ ਪੀਜੀਟੀ ਦੇ ਵਿੱਚ ਮੰਗੀ ਹੈ ਕਹਿੰਦੇ ਪੋਸਟ ਗ੍ਰੈਜੂਏਸ਼ਨ ਆਫ ਰਿਲੇਵੈਂਟ ਸਬਜੈਕਟ ਵਿਦ ਦਾ 50% ਮਾਰਕਸ ਘੱਟੋ ਘੱਟ 50% ਨੰਬਰਾਂ ਨਾਲ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਵੀ ਹੋਵੇ ਠੀਕ ਹੈ ਜੀ ਇਸ ਤੋਂ ਬਾਅਦ TGT ਵਾਸਤੇ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਰਿਲੇਵੈਂਟ ਸਬਜੈਕਟ ਵਾਂਗ ਜਿਹਦੇ ਵਿੱਚ ਤੁਸੀਂ ਅਪਲਾਈ ਕਰਨਾ ਘੱਟੋ ਘੱਟ 50 ਨੰਬਰ ਤੇ ਆਦਰ ਗ੍ਰੈਜੂਏਸ਼ਨ ਬੇਦ ਦਾ ਰਿਲੇਵੈਂਟ ਸਬਜੈਕਟ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਕਿਸੇ ਵੀ ਸਬਜੈਕਟ ਦੇ ਵਿੱਚ ਗ੍ਰੈਜੂਏਸ਼ਨ ਜਿਵੇਂ ਸਿੰਪਲ ਹੁੰਦੀ ਹੈ ਓਕੇ ਜੀ ਤਾਂ ਇਸ ਤਰ੍ਹਾਂ ਤੁਸੀਂ ਇਹ ਪ੍ਰੋਸੈਸ ਹੈ ਜਿਹੜਾ ਉਹ ਕਰ ਸਕਦੇ ਹੋ ਠੀਕ ਹੈ ਜੀ ਇਹ ਜਿਹੜਾ ਭਰਿਆ ਜਾਊਗਾ ਇਹ ਆਨਲਾਈਨ ਭਰਿਆ ਜਾਊਗਾ ਓਕੇ ਜੀ ਤੇ ਹਾਂ ਜੇ ਤੁਸੀਂ ਅਲੱਗ-ਅਲੱਗ ਪੋਸਟਾਂ ਵਾਸਤੇ ਭਰਨਾ ਤੁਹਾਨੂੰ ਅਲੱਗ-ਅਲੱਗ ਫਾਰਮ ਭਰਨਾ ਪਊਗਾ ਠੀਕ ਹੈ ਫੀਸ ਬਾਰੇ ਇਹਨਾਂ ਨੇ ਕੁਝ ਵੀ ਮੈਂਸ਼ਨ ਨਹੀਂ ਕੀਤਾ ਇੱਥੇ ਓਕੇ ਜੀ ਤਾਂ ਕਰਕੇ ਲਾਸਟ ਡੇਟ ਇਸ ਤਰ੍ਹਾਂ ਭਰ ਵੀ ਜੇ ਕੋਈ ਕੈਂਡੀਡੇਟ ਭਰਨਾ ਚਾਹੁੰਦਾ ਤਾਂ ਉਹ ਭਰ ਸਕਦਾ ਹੈ ਤੇ ਬਾਕੀ ਜਿਹੜੀ ਇਹਦੀ ਨੋਟੀਫਿਕੇਸ਼ਨ ਦੀ ਗੱਲ ਹੈਗੀ ਨੋਟੀਫਿਕੇਸ਼ਨ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦਿਖਾ ਦੂੰਗਾ ਇਹ ਠੀਕ ਹੈ ਜੀ ਡਾਊਨਲੋਡ ਕਰਕੇ ਕੀ ਕੀ ਪ੍ਰੋਸੈਸ ਹੈ ਸਾਰਾ ਕੀ ਚੱਕਰ ਹੈ ਕਿਵੇਂ ਤੁਸੀਂ ਫਾਰਮ ਫਿਲ ਕਰਨਾ ਵੈਸੇ ਤਾਂ ਲਿਖਿਆ ਹੋਇਆ ਇਹਨਾਂ ਨੇ ਏਪੀ ਏਐਫਐਸ ਬਰਨਾਲਾ ਕੇਵੀਸੀ ਕੇ ਬੀਐਸ.ਏਸੀ.ਇਨ ਠੀਕ ਹੈ ਜੀ ਤੇ ਇਹਦੇ ਵਿੱਚ ਤੁਸੀਂ ਬਾਅਦ ਤੋਂ ਬਾਅਦ ਜਲਦੀ ਜਲਦੀ ਫਾਰਮ ਅਪਲਾਈ ਕਰ ਸਕਦੇ ਹੋ ਜੇ ਕੋਈ ਹੋਰ ਲੋਡ ਹੋਏ ਡਾਊਨਲੋਡ ਫਾਰਮ ਕਿਵੇਂ ਅਪਲਾਈ ਕਰਨਾ ਉਹ ਸਾਰਾ ਕੁਝ ਤੁਹਾਨੂੰ ਮੈਂ ਅਗਲੀ ਵੀਡੀਓ ਦੇਖਵਾ ਦਊਗਾ ਫਿਲਹਾਲ ਤੁਸੀਂ ਇਹ ਫਾਰਮ ਭਰ ਸਕਦੇ ਹੋ ਜਿੰਨਾ ਕੈਂਡੀਡੇਟਾਂ ਕੋਲੇ ਪੋਸਟ ਗ੍ਰੈਜੂਏਟ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜਿਹੜੇ ਸਬਜੈਕਟ ਵੱਲ ਤੁਸੀਂ ਅਪਲਾਈ ਕਰਨਾ ਹੈ ਤੇ ਜਾਂ ਤੁਹਾਡੇ ਕੋਲੇ ਕਿਸੇ ਵੀ ਸਬਜੈਕਟ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਜੀ ਧੰਨਵਾਦ